ਪੰਜਾਬੀਓ ਜਾਗਦੇ ਕੇ ਸੁੱਤੇ ਪੰਜਾਬੀਓ ਜਾਗਦੇ ਕੇ ਸੁੱਤੇ ਸਤਿ ਸ੍ਰੀ ਅਕਾਲ ਦੋਸਤੋ ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਲੈ ਕੇ ਪੰਜਾਬੀਓ ਜਾਗਦੇ ਕੇ ਸੁੱਤੇ ਅਮੀਰ ਕਰਦਾ ਕਿ ਜਿਹੜੇ ਪਹਿਲੇ ਐਪੀਸੋਡ ਨੇ ਉਹ ਤੁਹਾਨੂੰ ਪਸੰਦ ਜਿਹੜੇ ਨੇ ਉਹ ਆ ਰਹੇ ਹੋਣਗੇ ਤੁਹਾਡੀ ਫੀਡਬੈਕ ਸਾਡੇ ਤੱਕ ਪਹੁੰਚਦੀ ਆ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਬਾਕੀ ਦਰਸ਼ਕਾਂ ਨੂੰ ਬਾਕੀ ਸਰੋਤਿਆਂ ਨੂੰ ਬਾਕੀ ਜਿਹੜੀ ਸਾਡੀ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਫੀਡਬੈਕ ਜਿਹੜੀ ਆ ਉਹ ਵੀ ਤੁਸੀਂ ਜਿਹੜੀ ਹੈ ਸਾਡੇ ਤੱਕ ਪਹੁੰਚਦੀ ਕਰਿਆ ਕਰੋ ਉਹ ਤੁਸੀਂ tv616tranto@gmail.com ਦੇ ਉੱਤੇ ਜਾ ਕੇ ਸਾਨੂੰ ਈਮੇਲ ਰਾਹੀਂ ਕਰ ਸਕਦੇ ਹੈਗੇ ਹੋ ਅਗਰ ਤੁਸੀਂ ਸਾਡੇ ਨਾਲ ਡਾਇਰੈਕਟ ਫੋਨ ਤੇ ਗੱਲ ਕਰਨਾ ਚਾਹੁੰਦੇ ਹੋ ਤਾਂ 647 5281016 ਇਹ ਹਮੇਸ਼ਾ ਸਾਡੀ ਸਕਰੀਨ ਤੇ ਨੰਬਰ ਆਉਂਦਾ ਹੈ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਸਾਨੂੰ ਕੋਈ ਟੈਕਸ ਮੈਸੇਜ ਲਿਖਣਾ ਚਾਹੁੰਦੇ ਹੋ ਇਸੇ ਹੀ ਫੋਨ ਨੰਬਰ ਤੇ ਤੁਸੀਂ ਜਿਹੜਾ ਹੈ ਟੈਕਸ ਮੈਸੇਜ ਸਾਨੂੰ ਭੇਜ ਸਕਦੇ ਹੈਗੇ ਹੋ WhatsApp ਦੀ ਸਹੂਲਤ ਵੀ ਇਸੇ ਨੰਬਰ ਦੇ ਉੱਤੇ ਮੌਜੂਦ ਆ ਤਾਂ ਤੁਸੀਂ ਸਾਨੂੰ WhatsApp ਰਾਹੀਂ ਵੀ ਆਪਣਾ ਟੈਕਸ ਮੈਸੇਜ ਆਪਣਾ ਸੁਝਾਅ ਜਿਹੜਾ ਹੈ ਉਹ ਭੇਜ ਸਕਦੇ ਹੈਗੇ ਹੋ TV16 Toronto ਦਾ YouTube ਚੈਨਲ ਜਿਹੜਾ ਹੈ ਉਹ ਜਰੂਰ ਤੁਸੀਂ ਸਬਸਕ੍ਰਾਈਬ ਕਰ ਲਓ ਔਰ ਪ੍ਰੋਗਰਾਮ ਵਧੀਆ ਲੱਗੇ ਤਾਂ ਉਹਨੂੰ ਲਾਈਕ ਔਰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਬਾਕੀ ਸਰੋਤਿਆਂ ਤੱਕ ਵੀ ਆਪਾਂ ਜਿਹੜੀ ਆਪਣੀ ਗੱਲਬਾਤ ਹੈ ਉਹਨੂੰ ਪਹੁੰਚਾ ਸਕੀਏ ਸੋ TV16 Toronto ਦਾ Android ਐਪ ਵੀ ਹੈ ਉਹਨੂੰ ਵੀ ਤੁਸੀਂ ਡਾਊਨਲੋਡ ਕਰ ਲਓ ਆਪਣੇ ਸਾਥ ਸੰਬੰਧੀਆਂ ਦੋਸਤਾਂ ਮਿੱਤਰਾਂ ਫੈਮਿਲੀ ਔਰ ਫੈਮਿਲੀ ਫਰੈਂਡਸ ਨੂੰ ਵੀ ਜਰੂਰ ਕਰਵਾ ਦਿਓ ਤਾਂ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਅਗਰ ਤੁਸੀਂ ਬੈਠੇ ਹੋ ਤਾਂ ਇਸ ਇਨਾ ਪ੍ਰੋਗਰਾਮਾਂ ਨੂੰ ਤੁਸੀਂ ਜਿਹੜਾ ਹੈ ਉਹ ਦੇਖ ਸਕਦੇ ਹੋ ਵਾਚ ਕਰ ਸਕਦੇ ਹੈਗੇ ਹੋ ਤੇ ਆਓ ਅੱਜ ਦੇ ਟਾਪਿਕ ਵੱਲ ਜਿਹੜਾ ਹੈ ਉਹ ਚੱਲਦੇ ਹੈਗੇ ਆਂ ਅੱਜ ਦਾ ਜਿਹੜਾ ਮੈਂ ਟਾਪਿਕ ਚੁਣਿਆ ਹੈਗਾ ਉਸ ਟਾਪਿਕ ਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਜਿਹੜਾ ਹੈ ਉਹ ਦੇਖ ਰਹੇ ਸੀਗੇ ਕਈ ਦਿਨਾਂ ਤੋਂ ਕਿ ਇਸ ਤੇ ਵੀ ਗੱਲਬਾਤ ਜਿਹੜੀ ਹੋਣੀ ਜ਼ਰੂਰੀ ਹੈਗੀ ਆ ਅਮ ਉਹ ਜੋ ਕੇ ਸਮੇਂ ਦੇ ਵਿੱਚ ਇਸ ਸਮੇਂ ਦੇ ਵਿੱਚ ਜਿਹੜਾ মিডিਆ ਦਾ ਜਿਹੜਾ ਹੈ ਉਹ ਕੀ ਰੋਲ ਹੈਗਾ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਉਹ ਰੇਡੀਓ ਬ੍ਰਾਡਕਾਸਟਿੰਗ ਹੋਣ ਚਾਹੇ ਟੀਵੀ ਚੈਨਲਸ ਹੋਣ ਉਹਨਾਂ ਦਾ ਰੋਲ ਕੀ ਆ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਉਹ মিডিਆ ਚੱਲਦਾ ਹੋਵੇ ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਕਿਸ ਸੰਦਰਭ ਦੇ ਵਿੱਚ ਲੈਂਦੇ ਹੋ ਤੇ মিডিਆ ਜਿਹੜਾ ਹੈ ਉਹ ਸਾਡੇ ਤੇ ਅਸਰ ਕਿਦਾਂ ਪਾਉਂਦਾ ਹੈਗਾ ਉਹਦੇ ਤੇ ਆਪਾਂ ਜਿਹੜੀ ਅੱਜ ਹੈ ਉਹ ਗੱਲਬਾਤ ਕਰਨੀ ਹੈਗੀ ਆ ਜਦੋਂ ਵੀ ਤੁਸੀਂ ਕਿਤੇ মিডিਆ ਨੂੰ ਦੇਖਦੇ ਹੈਗੇ ਹੋ ਕੁਝ ਤਾਂ ਤੁਹਾਡੇ ਚੀਜ਼ਾਂ ਜਿਹੜੀਆਂ ਨੇ ਉਹ ਇਨਸਰਟ ਕੀਤੀਆਂ ਜਾਂਦੀਆਂ ਨੇ ਉਹ ਤੁਹਾਡੇ ਦਿਮਾਗ ਦੇ ਵਿੱਚ ਪਾਈਆਂ ਜਾਂਦੀਆਂ ਨੇ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਕੁਝ ਖਬਰਾਂ ਨੂੰ ਇੰਨਾ ਜ਼ਿਆਦਾ ਫਲੈਸ਼ ਕੀਤਾ ਜਾਂਦਾ ਇੰਨਾ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਤੁਹਾਡੇ ਦਿਮਾਗ ਚ ਵੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਕਿ ਇਹ ਜਿਹੜੀ ਚੀਜ਼ ਆ ਇਹ ਸੱਚ ਹੈਗਾ ਇਹ ਬਿਲਕੁਲ ਸੱਚ ਹੈਗਾ ਤੇ ਉਹ ਉਸ ਨੂੰ ਤੁਸੀਂ ਉਸ ਨੂੰ ਆਪਣੇ ਜ਼ਹਿਨ 'ਚ ਜਿਹੜਾ ਹੈ ਉਹ ਬਿਠਾ ਲੈਂਦੇ ਹੈਗੇ ਉਹ ਜਦ ਕਿ ਕਈ ਵਾਰੀ ਉਹਦੀ ਤਸਵੀਰ ਜਦੋਂ ਤੁਸੀਂ ਉਲਟੀ ਕਰਕੇ ਦੇਖਦੇ ਹੋ ਤਾਂ ਉਹ ਬਿਲਕੁਲ ਉਹਦੇ ਆਪੋਜੀਟ ਹੁੰਦੀ ਆ ਉਹਦੇ ਬਿਲਕੁਲ ਜਿਹੜੀ ਆ ਉਹਦੇ 'ਚ ਵਖਰੇਵਾ ਹੁੰਦਾ ਉਹਦੇ ਵਿੱਚ ਬਿਲਕੁਲ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਕੋਈ ਸਚਾਈ ਜਿਹੜੀ ਆ ਉਹ ਨਹੀਂ ਲੱਭਦੀ ਹੈਗੀ ਸੋ ਮੀਡੀਆ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਵਿੱਚ ਜਿਹੜਾ ਹੈ ਉਹ ਅਸਰ ਕਰ ਰਿਹਾ ਅੱਜ ਗੱਲਬਾਤ ਕਰਨ ਦਾ ਇਹ ਮਕਸਦ ਹੈ ਕਿ ਕੀ ਅਸੀਂ ਕਿ ਕਿਸੇ ਦੀ ਸੁਣੀ ਹੋਈ ਜਿਹੜੀ ਖਬਰ ਆ ਜਾਂ ਕਿਸੇ ਵੱਲੋਂ ਪ੍ਰਕਾਸ਼ਿਤ ਹੋਈ ਹੋਈ ਜਿਹੜੀ ਖਬਰ ਹੈਗੀ ਆ ਕਿ ਸਾਨੂੰ ਉਸ ਦੇ ਉੱਤੇ ਚੰਗੀ ਤਰ੍ਹਾਂ ਨਜ਼ਰ ਬਣਾਉਣੀ ਪਏਗੀ ਸਾਨੂੰ ਦੇਖਣਾ ਪਏਗਾ ਕਿਉਂਕਿ ਕਈ ਵਾਰੀ ਅਸੀਂ ਉਹਨੂੰ ਉਸ ਨੂੰ ਸਿਰਫ ਇੱਕ ਨਾਰਮਲ ਤਰੀਕੇ ਨਾਲ ਹੀ ਲੈ ਲੈਣਾ ਹੈਗਾ ਕਿ ਆ ਜਿਹੜੀ ਖਬਰ ਆ ਇਹਦੀ ਖਬਰ ਆ ਗਈ ਪਰ ਤੁਸੀਂ ਕਈ ਵਾਰੀ ਸੋਚਿਆ ਹੋਣਾ ਕਿ ਦੇਖਿਆ ਵੀ ਹੋਣਾ ਸੁਣਿਆ ਵੀ ਹੋਣਾ ਇਹ ਕਈ ਵਾਰੀ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਦਿਮਾਗ ਦੇ ਵਿੱਚ ਬਾੜੀਆਂ ਜਿਹੜੀਆਂ 크리에ਟਿਵ ਟੀਮਸ ਨੇ ਉਹ ਇਹ ਚੀਜ਼ ਕਰਦੀਆਂ ਹੈਗੀਆਂ ਨੇ ਤੇ ਇਹਨਾਂ ਪਿੱਛੇ ਅ ਦੇਖਣ ਦੀ ਲੋੜ ਹੁੰਦੀ ਕਿ ਰਾਜਨੀਤਿਕ ਪੱਖ ਜਿਹੜਾ ਹੈ ਉਹ ਕੀ ਹੈ ਕਿ ਕਿੰਨਾ ਵੱਲੋਂ ਇਹ ਖਬਰ ਜਿਹੜੀ ਆ ਉਹ ਬਾਰ ਬਾਰ ਆ ਰਹੀ ਹੈਗੀਆਂ ਜਾਂ ਕਿੰਨਾ ਵੱਲੋਂ ਇਹ ਖਬਰ ਜਿਹੜੀ ਆ ਪੇਸ਼ ਕੀਤੀ ਜਾਂਦੀ ਹੈ ਤੇ ਕਿਸ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ ਤੇ ਉਹਦਾ ਜਿਹੜਾ ਆਕਾਰ ਕਿਸ ਤਰ੍ਹਾਂ ਦਾ ਹੈਗਾ ਕਿ ਉਹ ਉਸ ਖਬਰ ਨੂੰ ਦਿਖਾਉਣ ਤੋਂ ਬਾਅਦ ਜਿਹੜਾ ਇਹ ਉਹ ਲੋਕ ਸਮਝਦੇ ਨੇ ਕਿ ਹੁਣ ਅਸੀਂ ਲੋਕਾਂ ਨੂੰ ਜਿਹੜਾ ਹੈ ਇੱਕ ਇੰਜੈਕਸ਼ਨ ਜਿਹੜਾ ਦੇ ਦਿੱਤਾ ਤੇ ਇਹ ਇਹਨਾਂ ਤੇ ਜ਼ਰੂਰ ਅਸਰ ਕਰੇਗਾ ਪਰ ਇੱਥੇ ਸਾਨੂੰ ਥੋੜਾ ਜਾ ਸੋਹਿਰਦ ਹੋਣਾ ਪਏਗਾ ਇੱਥੇ ਸਾਨੂੰ ਥੋੜਾ ਜਾ ਆ ਜ਼ਿਆਦਾਤਰ ਬਰੀਕੀ ਨਾਲ ਸੋਚਣਾ ਪਏਗਾ ਕਿ ਕੀ ਜਿਹੜਾ ਮੀਡੀਆ ਹੈਗਾ ਉਹ ਸਾਡੇ ਉੱਤੇ ਕਿਸ ਤਰ੍ਹਾਂ ਦਾ ਅਸਰ ਜਿਹੜਾ ਹੈ ਉਹ ਪਾ ਰਿਹਾ ਹੈਗਾ ਮੀਡੀਆ ਦਾ ਜਿਹੜਾ ਅਸਰ ਹੈ ਕੁਝ ਅਸੀਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਹ ਕੁਝ ਬੰਦਿਆਂ ਦੀ ਇਹ ਸੀਗਾ ਕਿ ਇਹ ਤਾਂ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਤਾਂ ਅਸੀਂ ਦੇਖਦੇ ਨਹੀਂ ਇਸ ਕਰਕੇ ਕਿ ਉਹਨਾਂ ਦਾ ਰੋਜ਼ ਦਾ ਕੰਮ ਹੀ ਇਹੀ ਹੈਗਾ ਕਿ ਉਹ ਇਹੀ ਕੁਝ ਕਰਦੇ ਹੈਗੇ ਨੇ ਉਹ ਕੁਝ ਪਰਸੈਂਟੇਜ ਆਪਾਂ ਮੈਂ ਕਹਿ ਸਕਦਾ ਕਿ 15 ਤੋਂ 20% ਲੋਕ ਨੇ ਉਹ ਕਹਿੰਦੇ ਅਸੀਂ ਜੀ ਇਹਨਾਂ ਚੀਜ਼ਾਂ ਨੂੰ ਅਸੀਂ ਇਗਨੋਰ ਕਰਦਿਆਂ ਦੇਖਦੇ ਆ ਕੋਈ ਉਹ ਬਹੁਤ ਚੰਗੀ ਗੱਲ ਨਹੀਂ ਮੈਨੂੰ ਲੱਗੀ ਕਿਉਂਕਿ ਜੇ ਤੁਸੀਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜੇ ਤੁਸੀਂ ਗੁੱਡ ਲਿਸਨਰ ਨਹੀਂ ਹੋ ਤੁਸੀਂ ਕਿਸੇ ਚੀਜ਼ ਨੂੰ ਪ੍ਰੋਪਰ ਵਾਚ ਨਹੀਂ ਕਰਦੇ ਹੈਗੇ ਤਾਂ ਇਹ ਵੀ ਇੱਕ ਚੰਗਾ ਸੁਭਾ ਨਹੀਂ ਹੈਗਾ ਕਿਉਂਕਿ ਸਾਨੂੰ ਦੇਖਣਾ ਪਏਗਾ ਸਾਨੂੰ ਦੋਨੇ ਪਲੜੇ ਦੇਖਣੇ ਪੈਣਗੇ ਅਗਰ ਕਿਸੇ ਚੀਜ਼ ਦਾ ਕੋਈ ਨਿਰਣਾ ਕਰਨਾ ਹੋਵੇ ਨਾ ਤੇ ਤੁਸੀਂ ਇੱਕ ਜਿਹੜਾ ਇੱਕ ਪੱਖ 'ਚ ਜਾ ਰਹੀ ਚੀਜ਼ ਆ ਉਸ ਨੂੰ ਤੁਸੀਂ ਧਿਆਨ ਦੇ ਨਾਲ ਸੁਣੋ ਦੇਖੋ ਤੇ ਇੱਕ ਉਹ ਚੀਜ਼ ਨੂੰ ਦੇਖੋ ਜਿਹੜੀ ਬਿਲਕੁਲ ਉਹਦੇ ਆਪੋਜੀਟ ਹੋਵੇ ਜਿਹੜੀ ਬਿਲਕੁਲ ਅੰਗੇਸਟ ਹੋਵੇ ਤੇ ਉਹਨਾਂ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਨਿਰਣਾ ਜਿਹੜਾ ਉਹ ਲੈ ਜਾਂਦਾ ਕਈ ਵਾਰੀ ਅਸੀਂ ਇੰਪੇਸ਼ੀਅੰਟ ਹੁੰਦੇ ਆਂ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਇਹ ਆ ਜਾਂਦਾ ਕਿ ਸਾਡੇ ਚ ਸਹਿਣਸ਼ੀਲਤਾ ਨਹੀਂ ਰਹਿੰਦੀ ਕਿ ਅਸੀਂ ਦੂਸਰੇ ਦੀ ਜਿਹੜੀ ਗੱਲ ਆ ਉਹ ਸੁਣ ਸਕੀਏ ਸੋ ਜਦੋਂ ਤੁਸੀਂ ਦੂਸਰੇ ਦੀ ਗੱਲ ਸੁਣਾਂਗੇ ਤੇ ਸਾਨੂੰ ਮੀਡੀਆ ਦਾ ਜਿਹੜਾ ਰੋਲ ਆ ਨਾ ਉਹ ਸਾਹਮਣੇ ਨਜ਼ਰ ਆਉਣਾ ਸ਼ੁਰੂ ਹੋਏਗਾ ਇਹ ਗੱਲ ਕਰਨ ਦਾ ਭਾਵ ਅੱਜ ਸਾਡਾ ਇਹ ਸੀਗਾ ਕਿ ਸਾਡੀ ਨੌਜਵਾਨ ਪੀੜ੍ਹੀ ਤੇ ਇਸ ਚੀਜ਼ ਦਾ ਕੀ ਅਸਰ ਹੋ ਰਿਹਾ ਅ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨੌਜਵਾਨ ਪੀੜੀ ਜਿਹੜੀ ਹੈਗੀ ਆ ਉਹ ਇਹਨਾਂ ਚੀਜ਼ਾਂ ਨੂੰ ਵਾਚ ਨਹੀਂ ਕਰ ਰਹੀ ਹੈਗੀ ਬਹੁਤ ਗਿਣਤੀ ਸਾਡੀ ਗੱਲਬਾਤ ਹੋਈ ਬਹੁਤ ਸਾਰੇ ਲੋਕਾਂ ਨਾਲ ਅਸੀਂ ਗੱਲਬਾਤ ਕੀਤਾ ਸੰਪਰਕ ਕੀਤਾ ਮੈਂ ਟਾਪਿਕ ਕਰਨ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਨੌਜਵਾਨ ਬੱਚੇ ਬੱਚੀਆਂ ਨਾਲ ਗੱਲਬਾਤ ਕੀਤੀ ਚਾਹੇ ਉਹ ਇਥੋਂ ਦੇ ਸੀ ਚਾਹੇ ਮੈਂ ਆਪਣੀ ਟੀਮ ਨੂੰ ਕਿਹਾ ਕਿ ਤੁਸੀਂ ਇੰਡੀਆ ਦੇ ਵਿੱਚ ਲੋਕਾਂ ਨਾਲ ਥੋੜੀ ਜਿਹੀ ਵਿਊਜ਼ ਲਾਓ ਲੋਕਾਂ ਦੇ ਸੋ ਜਿਹੜਾ ਜੂਠ ਹੈਗਾ ਉਹ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਦੇਖਿਆ ਗਿਆ ਕਿਉਂਕਿ ਸਿਰਫ ਜਿਹੜਾ ਸਾਡਾ ਜਿਹੜੀ ਨਵੀਂ ਪੀੜ੍ਹੀ ਨੂੰ ਇਦਾਂ ਲੱਗਦਾ ਕਿ ਅਸੀਂ ਜਾਂ ਤਾਂ ਫਿਲਮਾਂ ਦੀਆਂ ਗੱਲਾਂ ਕਰ ਲਈਏ ਜਾਂ ਗਾਣਿਆਂ ਦੀਆਂ ਗੱਲਾਂ ਕਰ ਲਈਏ ਜਾਂ ਕਿਹੜੇ ਸਿੰਗਰ ਨੂੰ ਕੀ ਹੋਇਆ ਕਿੱਦਾਂ ਹੋਇਆ ਕਿਹੜਾ ਅੰਦਰ ਚਲਾ ਗਿਆ ਕਿਹੜਾ ਬਾਹਰ ਆ ਗਿਆ ਕੀ ਕਿਤੇ ਲੜਾਈ ਹੋ ਗਈ ਕੀ ਆ ਗਿਆ ਕਿਹਦਾ ਗਾਣਾ ਨਵਾਂ ਆ ਗਿਆ ਸਿਰਫ ਇਤੋਂ ਤੱਕ ਠੀਕ ਹੈ ਉਹ ਉਹਨਾਂ ਦੀ ਉਮਰ ਮੁਤਾਬਕ ਇਹ ਚੀਜ਼ਾਂ ਜ਼ਰੂਰੀ ਵੀ ਨੇ ਉਹਨਾਂ ਨੇ ਕਰਨੀਆਂ ਨੇ ਹਰ ਬੰਦਾ ਆਪਣੀ ਉਮਰ ਦੇ ਹਿਸਾਬ ਨਾਲ ਹਰ ਚੀਜ਼ ਜਿਹੜੀ ਆ ਉਹ ਕਰਦਾ ਹੈਗਾ ਉਹ ਇੱਕ ਪੱਖ ਉਹਨਾਂ ਦਾ ਆਪਾਂ ਮੰਨ ਸਕਦੇ ਆ ਪਰ ਕੀ ਅਗਰ ਉਹ ਨੌਜਵਾਨ ਸਾਨੂੰ ਜਿਹੜੇ ਅੱਜ ਇਹ ਚੀਜ਼ਾਂ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਰਹੇ ਹੈਗੇ ਕਿ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਸਾਡੀ ਸਟੇਟ ਵਿੱਚ ਕੀ ਹੋ ਰਿਹਾ ਪੰਜਾਬ ਵਿੱਚ ਕੀ ਹੋ ਰਿਹਾ ਮਸਲੇ ਕਿਹੜੇ ਚੱਲ ਰਹੇ ਨੇ ਕਿਹੜੇ ਕਿਹੜੇ ਅਸੀਂ ਸਿਆਸੀ ਸੰਕਟ ਵੱਲ ਵਧ ਰਹੇ ਹੈਗੇ ਆ ਕਿਹੜੇ ਅਸੀਂ ਵਿੱਤੀ ਸੰਕਟ ਵੱਲ ਵਧ ਰਹੇ ਹੈਗੇ ਆ ਕਿਹੜੇ ਨਸ਼ਿਆਂ ਦਾ ਮੁੱਦਾ ਹੈਗਾ ਕੀ ਸਾਡਾ ਇਤਿਹਾਸ ਹੈਗਾ ਪੰਜਾਬ ਜਿਹੜਾ ਹੈ ਉਹਨੂੰ ਕਿਵੇਂ ਬਚਾਉਣਾ ਮਤਲਬ ਸਾਰਾ ਕੁਝ ਉਸ ਜਵਾਨੀ ਜਿਹੜੀ ਹੁੰਦੀ ਆ ਉਹਦੇ ਤੇ ਨਿਰਪਰ ਕਰਦਾ ਹੁੰਦਾ ਤੇ ਉਹਨਾਂ ਦਾ ਧਿਆਨ ਨਾ ਹੋਣਾ ਸਾਡਾ ਬਰਬਾਦੀ ਦਾ ਕਾਰਨ ਜਿਹੜਾ ਹੈ ਉਹ ਬਣੇਗਾ ਸੋ মিডিਆ ਉਹਦੇ ਚ ਕੀ ਰੋਲ ਪਲੇ ਕਰ ਰਿਹਾ ਹੈਗਾ মিডিਆ ਇਹ ਰੋਲ ਪਲੇ ਕਰ ਰਿਹਾ ਹੈਗਾ ਕਿ ਨੌਜਵਾਨਾਂ ਨੂੰ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੀ ਰੱਖਿਆ ਜਾਵੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਗੱਲਬਾਤ ਹੀ ਨਾ ਕੀਤੀ ਜਾਵੇ ਕਿਉਂਕਿ ਉਹ ਉਹਨਾਂ ਨੂੰ ਇੱਕ ਐਂਟਰਟੇਨਮੈਂਟ ਦਾਉ ਦੇ ਉੱਤੇ ਹੀ ਜਿਹੜਾ ਹੈ ਉਹ ਲਿਆ ਜਾਵੇ ਜਦੋਂ ਇਸ ਤਰ੍ਹਾਂ ਦਾ ਰੋਲ ਨਿਭਦਾ ਤੁਸੀਂ ਦੇਖਦੇ ਹੈਗੇ ਉਹ ਤਾਂ ਬਿਲਕੁਲ ਉਹਨਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਹੈ ਉਹ ਇੱਕ ਸਾਈਡ ਤੇ ਰੱਖ ਦਿਓ ਸੁਣ ਲਓ ਇੱਕ ਸਾਈਡ ਤੇ ਰੱਖੋ ਪਰ ਆਪਣੇ ਦਿਮਾਗ 'ਚ ਨਾ ਵਾੜੋ ਇਸ ਚੀਜ਼ ਨੂੰ ਕਿਉਂਕਿ ਉਹ ਤੁਹਾਡੇ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਤੁਸੀਂ ਇੱਕ ਇਮੇਜਿਨੇਸ਼ਨ ਕਰ ਲੈਂਦੇ ਹੋ ਇੱਕ ਪਿਕਚਰ ਬਣਾ ਲੈਂਦੇ ਹੋ ਇੱਕ ਵਿਅਕਤੀ ਵੀਕੇਸ਼ ਦੀ ਪਿਕਚਰ ਬਣਾ ਲੈਂਦੇ ਹੋ ਫਿਰ ਤੁਸੀਂ ਉਹਦੇ ਭक्त ਬਣ ਜਾਂਦੇ ਹੋ ਸੋ ਇਹਨਾਂ ਚੀਜ਼ਾਂ ਦੇ ਸਾਨੂੰ ਜਿਹੜਾ ਹੈ ਉਹ ਖਿਆਲ ਦੇਣਾ ਪਏਗਾ ਬਹੁਤ ਚੰਗੀ ਤਰ੍ਹਾਂ ਦੇ ਨਾਲ ਖਿਆਲ ਦੇਣਾ ਪਏਗਾ ਸੋ ਸਾਨੂੰ ਸੁਣਨਾ ਪਵੇਗਾ ਸਾਡੇ ਧਾਰਮਿਕ ਪੱਖ ਨੂੰ ਕੀ ਹੋ ਰਿਹਾ ਸਾਡੇ ਜਿਹੜਾ ਬਾਕੀ ਸਾਡੀ ਸਟੇਟ ਜਿਹੜੀ ਹਾ ਉਹ ਕਿੱਧਰ ਨੂੰ ਜਾ ਰਹੀ ਹੈਗੀ ਆ ਕੀ ਅਸੀਂ ਵਾਕਿਆ ਹੀ ਸਹੀ ਡਾਇਰੈਕਸ਼ਨ ਚ ਜਾ ਰਹੇ ਹਾਂ ਕਿ ਟ੍ਰੈਕ 'ਚ ਪੁੱਠੇ ਅਸੀਂ ਭਜਣਾ ਸ਼ੁਰੂ ਕੀਤਾ ਹਾਇਆ ਜਿਹਦਾ ਕੋਈ ਜਿਹੜਾ ਹੈ ਉਹ ਕੋਈ ਮੰਜ਼ਲ ਜਿਹੜੀ ਆ ਸਾਨੂੰ ਨਹੀਂ ਮਿਲ ਸਕਦੀ ਹੈਗੀ ਨਾ ਉਹ ਕਾਉਂਟੇਬਲ ਹੁੰਦਾ ਉਹ ਕੋਈ ਵੀ ਚੀਜ਼ ਜਿਹੜੀ ਉਹ ਗਿਣਤੀ ਮਿੰਤੀ ਦੇ ਵਿੱਚ ਨਹੀਂ ਆਉਂਦੀ ਹੈਗੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅੱਜ ਕਰਨ ਦਾ ਮਤਲਬ ਸਿਰਫ ਇਹ ਆ ਕਿ ਜੇ ਮੈਂ ਸੋਸ਼ਲ ਮੀਡੀਆ ਦੀ ਵੀ ਗੱਲ ਕਰਾਂਗਾ ਜੇ ਜੇ ਕੋਈ ਨੌਜਵਾਨ ਗੱਲ ਵੀ ਕਰਦੇ ਨੇ ਤੇ ਕੋਈ ਉਹਨਾਂ ਦਾ ਕੋ ਬਹੁਤ ਵਧੀਆ ਸਟਰੋਂਗ ਕੁਸ਼ਕ ਨੂੰ ਛੱਡ ਕੇ ਕੋਈ ਸਟਰੋਂਗ ਪੱਖ ਜਿਹੜਾ ਹੈ ਉਹ ਨਹੀਂ ਹੈਗਾ ਸੋ ਜਿਹੜਾ ਮੀਡੀਆ ਨਾ ਇਹ ਸਾਡੇ ਤੇ ਅਸਰ ਕਰ ਰਿਹਾ ਹੁੰਦਾ ਬੜੇ ਤਰੀਕੇ ਦੇ ਨਾਲ ਪਿੱਛੇ ਬੜੀਆਂ ਵੱਡੀਆਂ ਟੀਮਾਂ ਇਹਨਾਂ ਵੱਡੇ ਵੱਡੇ ਚੈਨਲਾਂਾਂ ਦੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਇਹ ਚੀਜ਼ ਕਰਦੀਆਂ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜਿਹੜੀ ਆ ਇੱਥੇ ਜ਼ਰੂਰ ਦੇਣੀ ਚਾਹਾਂਗਾ ਮੈਂ ਯਾਦ ਕਰ ਰਿਹਾ ਸੀਗਾ ਤਾਂ 2011 ਜਾਂ 11 ਔਰ 12 ਦੇ ਵਿੱਚ ਵਿੱਚ ਅ ਇੱਕ ਇੰਡੀਆ ਦਾ ਬੜਾ ਮਸ਼ਹੂਰ ਟੀਵੀ ਚੈਨਲ ਆ ਜਿਹੜਾ ਹੁਣ ਵੀ ਬੜਾ ਮਸ਼ਹੂਰ ਆ ਜੀ ਅਸੀਂ ਨੰਬਰ 1 ਕਹਿਲਾ ਮੈਂ ਉਹਦਾ ਨਾਮ ਨਹੀਂ ਲਾਉਂਗਾ ਹੁਣ ਤੁਸੀਂ ਆਪ ਇਥੋਂ ਅੰਦਾਜ਼ਾ ਲਾ ਲਿਓ ਅ ਜਦੋਂ ਉਹ ਉਹ ਨਰਿੰਦਰ ਮੋਦੀ ਹਣੀ ਉਥੇ ਦੇ ਚੀਫ ਮਿਨਿਸਟਰ ਸੀਗੇ ਅ ਆਪਣਾ ਗੁਜਰਾਤ ਦੇ ਤੇ ਉਦੋਂ ਉਸ ਮੀਡੀਆ ਨੇ ਰੌਲਾ ਪਾਉਣਾ ਸ਼ੁਰੂ ਕੀਤਾ 2011 ਦੇ ਐਂਡ ਵਿੱਚ ਅ 12 ਦੀ ਸ਼ੁਰੂਆਤ ਤੱਕ ਇਹਨਾਂ ਨੇ ਕੀ ਸ਼ੁਰੂ ਕੀਤਾ ਸੀਗਾ ਕਿ ਇੱਕ ਚੀਜ਼ ਵਾਰਡ ਨੇ ਸ਼ੁਰੂ ਕਰਤੀ ਲੋਕਾਂ ਦੇ ਮਨ ਦੇ ਵਿੱਚ ਕਿ ਦੇਖੋ ਜੀ ਹੁਣ ਗੁਜਰਾਤ ਜਿੱਤਿਆ ਹੁਣ ਮੂੰ ਨਰਿੰਦਰ ਮੋਦੀ ਦਾ ਦਿੱਲੀ ਵੱਲ ਅ ਅਸੀਂ ਉਦੋਂ ਇਸ ਕਿੱਤੇ ਦੇ ਵਿੱਚ ਨਹੀਂ ਸੀਗੇ ਸਾਨੂੰ ਕੋਈ ਬਹੁਤ ਜ਼ਿਆਦਾ ਇਹਦੀ ਨੌਲੇਜ ਨਹੀਂ ਸੀ ਪਰ ਐਜ਼ ਅ ਗੁੱਡ ਲਿਸਨਰ ਮੈਂ ਹਮੇਸ਼ਾ ਉਹਨਾਂ ਚੀਜ਼ਾਂ ਨੂੰ ਦੇਖਦਾ ਸੀ ਵਾਚ ਕਰਦਾ ਸੀਗਾ ਤਾਂ ਉਹਨਾਂ ਦੀਆਂ ਗੱਲਾਂ ਨੂੰ ਬੜੇ ਗੰਭੀਰਤਾ ਨਾਲ ਲੈਂਦਾ ਸੀਗਾ ਕਿ ਇਹ ਚੀਜ਼ ਕੀ ਬੋਲ ਰਹੇ ਹੈਗੇ ਨੇ ਸੋ ਉਦੋਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਇਹ ਜ਼ਰੂਰ ਇਹ ਦੇ ਪਿੱਛੇ ਕੋਈ ਨਾ ਕੋਈ ਜਿਹੜਾ ਹੈ ਉਹ ਕਾਰਨ ਜਿਹੜਾ ਹੈ ਉਹ ਦਿਖਦਾ ਹੈਗਾ ਮੈਨੂੰ ਸੋ ਉਹ ਕਾਰਨ ਕੀ ਸੀਗਾ ਕਾਰਨ ਇਹ ਸੀਗਾ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਉਹ ਤੋਂ ਸਮਝ ਨਹੀਂ ਆਈ ਜੇ ਨਹੀਂ ਤਾਂ ਤੁਸੀਂ ਉਹ ਜਿਹੜਾ ਹੈ ਉਸ ਟਾਈਮ ਦੇ ਹੁੰਦੇ ਕਲਿੱਪ ਵੀ ਤੁਸੀਂ ਕੱਢ ਕੇ ਉਹਨਾਂ ਦੇ ਜਿਹੜੇ ਨੇ ਉਹ ਇੰਟਰਨੈਟ ਤੋਂ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਬਿਲਕੁਲ ਆਨਰ ਕਾਰਡ ਜਿਹੜੀਆਂ ਚੀਜ਼ਾਂ ਨੇ ਉਪਈਆਂ ਹੋਈਆਂ ਨੇ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਤਕਰੀਬਨ 1.5 ਸਾਲ ਉਹਨਾਂ ਨੇ ਲਗਾਤਾਰ ਤਕਰੀਬਨ ਤਕਰੀਬਨ ਇਹੀ ਅਲਾਪਿਆ ਕਿ ਅਬ ਮੋਦੀ ਦਿੱਲੀ ਵਾਲਾ ਅਬ ਮੋਦੀ ਜੀ ਦਿੱਲੀ ਵੱਲ ਮਤਲਬ ਉਹਨਾਂ ਨੇ ਇੱਕ ਬੇਸ ਬਣਾਉਣਾ ਸ਼ੁਰੂ ਕਰ ਦਿੱਤਾ 2011 ਦੇ ਵਿੱਚ ਤੇ 14 ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਆਉਂਦੀ ਹੈਗੀ ਆ ਜਿਹੜੀ ਫੈਡਰਲ ਇਲੈਕਸ਼ਨ ਜਿਹੜੀ ਸੈਂਟਰ ਦੀ ਇਲੈਕਸ਼ਨ ਜਿਹੜੀ ਪਾਰਲੀਮੈਂਟਰੀ ਇਲੈਕਸ਼ਨ ਸੀਗੀ ਉਹ ਆਉਂਦੀ ਹੈਗੀ ਆ ਸੋ ਉਹਨਾਂ ਨੇ ਡੇਢ ਸਾਲ ਇੰਨਾ ਕੁ ਅਲਾਪਿਆ ਕਿ ਕਈ ਲੋਕਾਂ ਨੂੰ ਇਹ ਚੀਜ਼ ਜਿਹੜੀ ਆ ਉਹ ਸਮਝ ਪਹਿਲਾਂ ਨਹੀਂ ਆਈ ਕਿ ਇਹ ਚੀਜ਼ ਕਿਉਂ ਹੋ ਰਹੀ ਆ ਕਿੱਦਾਂ ਹੋ ਰਹੀ ਹੈਗੀ ਆ ਸੋ ਇੱਕ ਬੇਸ ਬਣਾਇਆ ਗਿਆ ਬਾਅਦ ਵਿੱਚ ਹੁਣ ਤੇ ਪਤਾ ਹੀ ਲੱਗਿਆ ਕਿ ਉਹ মিডিਆ ਕਿੰਨਾ ਵੱਲੋਂ ਸੀ ਇਹਨਾਂ ਨੇ ਕਿਵੇਂ ਕੀਤਾ ਉਹ ਕਿਹਦਾ মিডিਆ ਹੈਗਾ ਉਹ ਕਿਹੜੇ ਕਿਹੜੇ ਲੋਕ ਉਹਦੇ ਪਿੱਛੇ ਹੈਗੇ ਨੇ ਸੋ ਇਸ ਤਰ੍ਹਾਂ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਇੱਕ ਬੇਸ ਬਣਾਇਆ ਜਾਂਦਾ ਹੈਗਾ ਕਿਸੇ ਵਿਅਕਤੀ ਵਿਸ਼ੇਸ਼ਤਾ ਕਿਸੇ ਪਾਰਟੀ ਦਾ ਆ ਮਾਡਲ ਇੱਕ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇੱਕ ਉਪਰਤੀ ਨੂੰ ਪ੍ਰੇਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਕਿ ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਬੀਜੇਪੀ ਦੇ ਸੀਨੀਅਰ ਲੀਡਰ ਜਿਹੜੇ ਸੀਗੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਜਿੱਦਾਂ ਅਲਕੇ ੜਵਾਨੀ ਦੀ ਗੱਲ ਕਰੀਏ ਆਪਾਂ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਨੂੰ ਜਿਹੜਾ ਹੈ ਉਹ ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਸਾਨੂੰ ਮੈਨੂੰ ਜਿਹੜਾ ਬਣਨ ਦੀ ਜਿਹੜੀ ਹੈ ਉਹ ਜਿਹੜਾ ਇੱਕ ਵਾਰੀ ਮੌਕਾ ਜ਼ਰੂਰ ਮਿਲੇਗਾ ਨਕਾਰ ਦਿੱਤਾ ਗਿਆ ਕਿਉਂਕਿ ਚੇਰਾ ਇੱਕ ਪ੍ਰੈਜ਼ੈਂਟ ਕਰ ਦੇਣਾ ਕਿਸੇ ਚੀਜ਼ ਨੂੰ ਕਿਉਂਕਿ ਇਹ ਸਾਰਾ ਕੁਝ ਕੀਤਾ ਕਿਨੇ ਮੀਡੀਆ ਨੇ ਕੀਤਾ ਨਾਲ ਲੱਗਦੇ ਹੋਰ ਜਿਹੜੇ ਉਹਨਾਂ ਦੇ ਹੋਰ ਲਾਣਾ ਸੀਗਾ ਹੋਰ ਉਹਨਾਂ ਦਾ ਪਰਿਵਾਰ ਸੀ ਚੈਨਲਾਂ ਦਾ ਉਹਨਾਂ ਲੋਕਾਂ ਨੇ ਵੀ ਇਹੀ ਜਿਹੜਾ ਰਾਗ ਸੀਗਾ ਉਹ ਉਲਾਪਣਾ ਸ਼ੁਰੂ ਕਰ ਦਿੱਤਾ ਸੋ ਮੈਂ ਤੁਹਾਨੂੰ ਇੱਕ ਅਲਾਈਵ ਐਗਜ਼ਾਮਪਲ ਜਿਹੜੀ ਆ ਉਹ ਦਿੱਤੀ ਹੈਗੀ ਆ ਕਿ ਤੁਸੀਂ ਇਹ ਚੀਜ਼ ਨੂੰ ਦੇਖੋਗੇ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਪ੍ਰਭਾਵ ਪਾਇਆ ਜਾਂਦਾ ਉਸ ਤੋਂ ਬਾਅਦ ਤੇ ਫਿਰ ਆ ਆਈਜੀ ਡੇਟਸ ਦੇਖ ਲੋ ਕੀ ਲੁਕਿਆ ਕੀ ਛੁਪਿਆ ਹੈਗਾ ਕਿੰਨੇ ਕ ਕਿੰਨਾ ਕ ਜਿਹੜਾ ਇੰਡੀਆ ਦਾ মিডিਆ ਹੈਗਾ ਉਹ ਆ ਬਾਕੀ ਚੀਜ਼ਾਂ ਦੀ ਗੱਲਬਾਤ ਕਰਦਾ ਹੈਗਾ ਕਿਤੇ ਕੋਈ ਪੂਰਾ ਸਟ੍ਰਾਈਕ ਹੋ ਰਹੀ ਆ ਅੱਜ ਦੀ ਡੇਟ ਦੇ ਵਿੱਚ ਵੀ ਸੀਏ ਨੂੰ ਲੈ ਕੇ ਲੇਕਿਨ ਉਹਨਾਂ ਚੀਜ਼ਾਂ ਨੂੰ ਵੀ ਨਹੀਂ ਤੇ ਪੂਰੀ ਤਰ੍ਹਾਂ ਦੇ ਨਾਲ মিডিਆ ਦਾ ਦਿੱਲੀ ਤੋਂ ਬਾਹਰ ਨਹੀਂ ਨਿਕਲਦਾ ਉਹ মিডিਆ ਦਿੱਲੀ ਦੇ ਵਿੱਚ ਇੱਕ ਲੀਡਰਸ਼ਿਪ ਮਾਰ ਦੇ ਇੱਕ ਲੀਡਰ ਨੂੰ ਜ਼ੁਕਾਮ ਹੋ ਜੇ ਇੱਕ ਲੀਡਰ ਦਾ ਕਿਤੇ ਮਾੜਾ ਮੋਟਾ ਕੋਈ ਪੈਰ ਹੀ ਫਿਸਲ ਜਾਵੇ ਥੋੜਾ ਜਿਹਾ ਉਹਦੀ ਵੀਡੀਓ ਇਸਾਰਾਦਨ ਕਲਿੱਪ ਜਿਹੜੀ ਉਹ ਚਲਾਈ ਜਾਂਦੇ ਹੈਗੇ ਨੇ ਦਿੱਲੀ ਤੋਂ ਬਾਹਰ ਉਹ ਕਿਸੇ ਨੂੰ ਕੋ ਬਹੁਤਾ ਜਿਆਦਾ ਦਿਖਾਉਣਾ ਨਹੀਂ ਚਾਹੁੰਦਾ ਖਾਸ ਕਰਕੇ ਇੱਕ ਪਾਰਟੀ ਤੋਂ ਇਲਾਵਾ ਉਹ ਕਿਸੇ ਹੋਰ ਦੀ ਖਬਰ ਉਹ ਛਾਪਣਾ ਹੀ ਜਿਹੜੀ ਕੋਈ ਮਾੜੀ ਮੋਟੀ ਸ਼ਾਪਦੇ ਨੇ ਉਹ ਸਿਰਫ ਦਿਖਾਉਂਦੇ ਨੇ ਉਹ ਸਿਰਫ ਉਹਨਾਂ ਦੀ ਮਜਬੂਰੀ ਆ ਕਿ ਮਾੜਾ ਮੋਟਾ ਜਿਹੜਾ ਹੈ ਜਾਂ ਫਿਰ ਉਹ ਐਂਟਰਟੇਨ ਕਰਨਾ ਸ਼ੁਰੂ ਕਰ ਦਿੰਦੇ ਨੇ ਦੂਸਰੇ ਤਰੀਕੇ ਦੇ ਨਾਲ ਨਿਊਜ਼ ਚੈਨਲ ਜਿਹੜਾ ਹੈ ਉਹ ਆਪਣੇ ਤਰੀਕੇ ਨਾਲ ਇੰਟਰਨੈਟ ਐਂਟਰਟੇਨ ਕਰਨਾ ਜਿਹੜਾ ਹੈ ਉਹ ਸ਼ੁਰੂ ਕਰ ਦਿੰਦਾ ਹੈਗਾ ਸੋ ਮੈਂ ਤੁਹਾਨੂੰ ਇਹ ਐਗਜ਼ਾਮਪਲ ਦੇਣ ਦਾ ਮੇਰਾ ਮਤਲਬ ਸੀਗਾ ਕਿ ਜਦੋਂ ਵੀ ਕੋਈ ਚੀਜ਼ ਆਉਂਦੀ ਆ ਜਦੋਂ ਵੀ ਕੀ ਕੋਈ ਚੀਜ਼ ਕਿਸੇ মিডিਆ ਵੱਲੋਂ ਦਿਖਾਈ ਜਾਂਦੀ ਆ ਸੋ ਸਾਡਾ ਫਰਜ਼ ਬਣਦਾ ਹੈਗਾ ਕਿ ਉਹਨੂੰ ਅਸੀਂ ਧਿਆਨ ਦੇ ਨਾਲ ਦੇਖੀਏ ਸੁਣੀਏ ਧਿਆਨ ਦੇ ਨਾਲ ਉਹਨੂੰ ਬਰ ਜੇ ਇੱਕ ਵਾਰੀ ਨਹੀਂ ਸਮਝ ਆਉਂਦੀ ਦੋ ਵਾਰੀ ਤਿੰਨ ਵਾਰੀ ਉਸ ਚੀਜ਼ ਨੂੰ ਸੁਣੋ ਦੇਖੋ ਕਿ ਕਿਤੇ ਸਾਡੇ ਅੰਦਰ ਕੋਈ ਟੀਕਾ ਤਾਂ ਨਹੀਂ ਲਾਇਆ ਜਾ ਰਿਹਾ ਕੋਈ ਇੰਜੈਕਸ਼ਨ ਤਾਂ ਨਹੀਂ ਜਿਹੜਾ ਹੈ ਇੰਜੈਕਟ ਕੀਤਾ ਜਾ ਰਿਹਾ ਕਿ ਜਿਹਦੇ ਨਾਲ ਸਾਡੇ ਸਾਡੇ ਜਿਹੜਾ ਹੈ ਦਿਮਾਗੀ ਤੌਰ ਤੇ ਉੱਤੇ ਜਿਹੜਾ ਹੈ ਸਾਡੇ ਤੇ ਅਸਰ ਪਾਇਆ ਜਾ ਰਿਹਾ ਹੈਗਾ ਸੋ ਅਗਰ ਇਹਨਾਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਆਵਾਜ਼ ਕਰਾਂਗਾ ਨਵੇਂ ਪੀੜੇ ਨੂੰ ਮੇਰੀ ਇਹ गुजारिश ਆ ਮੈਂ ਬਾਰ-ਬਾਰ ਇਸ ਲੇਖ ਕੋਸ਼ ਐਪੀਸੋਡਸ ਦੇ ਵਿੱਚ ਜਿਹੜਾ ਹੈ ਉਹ ਬਾਰ ਬਾਰ ਜ਼ੋਰ ਦੇ ਰਿਹਾ ਹੈਗਾ ਕਿ ਸਾਡੇ ਨੌਜਵਾਨ ਜਿਹੜੇ ਹੈ ਨੇ ਜਾਂ ਸਾਡੀ ਨਵੀਂ ਪੀੜ੍ਹੀ ਆ ਉਹ ਬੜੀ ਪਟਕ ਚੁੱਕੀ ਹੈਗੀ ਆ ਉਹਨਾਂ ਦਾ ਇਹ ਫਰਜ ਬਣਦਾ ਕਿਉਂਕਿ ਸਾਰਾ ਭਾਰ ਜਿਹੜਾ ਹੈ ਉਹ ਨਵੀਂ ਪੀੜੀ ਦੇ ਮੋਢਿਆਂ ਉੱਤੇ ਹੀ ਆਉਂਦਾ ਹੈਗਾ ਤੇ ਜੇ ਨਵੇਂ ਨੌਜਵਾਨ ਜਿਹੜੇ ਨੇ ਉਹ ਇਸ ਚੀਜ਼ਾਂ ਦੇ ਵਿੱਚ ਜਿਹੜੇ ਨੇ ਸੁਹਿਰਦ ਨਹੀਂ ਹੋਣਗੇ ਜਾਂ ਉਹ ਇਹ ਚੀਜ਼ਾਂ ਤੇ ਧਿਆਨ ਨਹੀਂ ਦੇਣਗੇ ਤਾਂ ਫੇਰ ਸਾਡੇ ਵਾਸਤੇ ਅੱਗੋਂ ਜਿਹੜਾ ਹੈ ਉਹ ਸੰਭਾਲਣਾ ਔਖਾ ਹੈਗਾ ਸੋ ਪੰਜਾਬੀਆਂ ਦੀ ਇੱਕ ਆਦਤ ਰਹੀ ਆ ਕਿ ਉਹ ਹਮੇਸ਼ਾ ਹੀ ਅਵਤ ਚੜ ਕੇ ਜਿਹੜਾ ਹੈ ਆਪਣਾ ਪੱਖ ਰੱਖਦੇ ਰਹੇ ਨੇ ਆਪਣੇ ਹੱਕਾ ਹਕੂਕਾਂ ਵਾਸਤੇ ਲੜਦੇ ਤੇ ਲੜਦੇ ਰਹੇ ਹੈਗੇ ਨੇ ਤੇ ਅੱਜ ਲੜਾਈ ਜਿਹੜੀ ਹੈਗੀ ਆ ਉਹ ਸਭ ਤੋਂ ਵੱਡੀ ਕੀ ਹੈਗੀ ਆ ਕਿ ਉਹ ਲੜਾਈ ਨਹੀਂ ਰਹਿ ਗਈ ਜਦ ਫੌਜਾਂ ਨਾਲ ਲੜਿਆ ਜਾਂਦਾ ਸੀਗਾ ਅੱਜ ਲੜਾਈ ਜਿਹੜੀ ਆ ਉਹ ਤੁਹਾਡੀ ਤੁਹਾਡੇ ਕੋਲ ਬੜਾ ਸੌਖਾ ਵੀ ਤਰੀਕਾ ਉਹ ਸੌਖਾ ਤਰੀਕਾ ਇਹ ਹੈ ਕਿ ਅੱਜ ਲੜਾਈ ਸਾਰੀ ਮੀਡੀਆ ਦੀ ਆ ਤੁਸੀਂ ਆਪਣਾ ਪੱਖ ਕੋਈ ਵੀ ਬੰਦਾ ਰੱਖ ਸਕਦੇ ਹੋ ਸੌਖੇ ਤਰੀਕੇ ਨਾਲ ਰੱਖ ਸਕਦੇ ਹੋ ਸੋਸ਼ਲ ਮੀਡੀਆ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਚ ਕੋਈ ਗੁਣ ਹੈਗਾ ਇਸ ਚੀਜ਼ ਦਾ ਤਾਂ ਤੁਸੀਂ ਉਹ ਬੋਲ ਸਕਦੇ ਹੋ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਸੋ ਅੱਜ ਲੜਾਈ ਤੁਸੀਂ ਜਿਹੜੀ ਹੈ ਆਪਣੇ ਹੱਕਾਂ ਹਕੂਕਾਂ ਵਾਸਤੇ ਐਦਾਂ ਨਾਲ ਲੜ ਸਕਦੇ ਹੋ ਮੀਡੀਆ ਦਾ ਇਹ ਇੱਕ ਪੋਜ਼ਿਟਿਵ ਪੱਖ ਜਿਹੜਾ ਹੈ ਇਹ ਹੈਗਾ ਕਿ ਤੁਸੀਂ ਦੂਜੇ ਨੂੰ ਆਪੋਜ਼ ਵੀ ਕਰ ਸਕਦੇ ਹੋ ਕੋਈ ਅਸੀਂ ਚੰਗੀ ਗੱਲ ਨਹੀਂ ਬੋਲਦੇ ਜੇ ਸਾਡੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੋਈ ਇਤਰਾਜ਼ ਹੈਗਾ ਤਾਂ ਤੁਸੀਂ ਸਾਨੂੰ ਵੀ ਜਿਹੜਾ ਹੈ ਉਹ ਕਹਿ ਸਕਦੇ ਹੈਗੇ ਹੋ ਸੋ ਇਸ ਤਰ੍ਹਾਂ ਦੇ ਨਾਲ ਹੀ ਅਗਰ ਅਸੀਂ ਚੰਗੇ ਤਰੀਕੇ ਦੇ ਨਾਲ ਆਪਾਂ ਇੱਕ ਦੂਸਰੇ ਦੀ ਗੱਲਬਾਤ ਜਿਹੜੀ ਉਹ ਸੁਣਾਗੇ ਜਾਂ ਕਿਤੇ ਕੋਈ ਗਲਤੀ ਹੁੰਦੀ ਆ ਤਾਂ ਉਸ ਚੀਜ਼ ਨੂੰ ਅਸੀਂ ਸੁਧਾਰਾਂਗੇ ਤਾਂ ਚੰਗੇ ਸਮਾਜ ਦੀ ਜਿਹੜੀ ਸਿਰਜਣਾ ਹੈਗੀ ਆ ਉਹ ਹੋ ਸਕਦੀ ਹੈਗੀ ਆ ਬਾਕੀ ਇਹਨਾਂ ਚੀਜ਼ਾਂ ਦੇ ਉੱਤੇ ਜੇ ਅਸੀਂ ਨਜ਼ਰ ਨਹੀਂ ਰੱਖਾਂਗੇ ਤਾਂ ਫਿਰ ਸਾਡੇ ਵਾਸਤੇ ਆਉਣ ਵਾਲਾ ਜਿਹੜਾ ਸਮਾਂ ਹੈ ਅਸੀਂ ਸਮੇਂ ਦੀ ਹਾਨੀ ਜਿਹੜਾ ਹੈ ਉਹ ਨਹੀਂ ਬਣ ਪਾਵਾਂਗੇ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਵੇਗਾ ਆਪਣੀ ਫੀਡਬੈਕ ਜ਼ਰੂਰ ਪਹੁੰਚਦੀ ਕਰਿਆ ਕਰੋ ਸੋ ਪ੍ਰਮਾਤਮਾ ਨੇ ਸਭ ਅਖਸ਼ੇ ਤਾਂ ਕੱਲ ਨੂੰ ਨਵੇਂ ਟੌਪਿਕ ਨਾਲ ਤੁਹਾਡੀ ਖਚਰੀ ਦੇ ਵਿੱਚ ਹਾਜ਼ਰ ਹੋਵਾਂਗਾ ਇੱਥੇ ਦੇ ਦਿਓ ਮੈਨੂੰ ਛੁੱਟੀਆਂ ਸਤਿ ਸ਼੍ਰੀ ਅਕਾਲ ਜੀ ਜਾਪਿਓ ਜਾਗਦੇ ਕੇ ਸੁੱਤੇ